ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਇੱਕ ਵਾਰ ਫੇਰ ਚਰਚਾ ਦੇ ਵਿੱਚ ਆ ਤੇ ਇੱਕ ਨਵਾਂ ਵਿਵਾਦ ਉਹਨਾਂ ਦੇ ਨਾਂ ਨਾਲ ਜੁੜ ਗਿਆ। ਸਾਬਕਾ ਰਾਸ਼ਟਰਪਤੀ 트੍ਰੰਪ ਦੇ ਉੱਤੇ આરોਪ ਲੱਗਾ ਕਿ ਜਦੋਂ ਇਹ ਅਮਰੀਕਾ ਦੇ ਰਾਸ਼ਟਰਪਤੀ ਸੀ ਤਾਂ ਬਹੁਤ ਸਾਰੇ ਕਾਗਜ਼ ਪੱਤਰ ਜਿਹੜੇ ਕੰਮ ਦੇ ਹੁੰਦੇ ਸੀ ਉਹਨਾਂ ਨੂੰ ਫਾੜ ਕੇ ਫਲਸ਼ ਕਰ ਦਿੰਦੇ ਸੀ। 트੍ਰੰਪ ਨੇ ਬਹੁਤ ਸਾਰੇ ਜ਼ਿਆਦਾ ਕਾਗਜ਼ਾਂ ਨੂੰ ਇੱਕ ਵਾਰੀ ਇੰਨੇ ਜ਼ਿਆਦਾ ਕਾਗਜ਼ ਪਾੜ ਕੇ ਫਲਸ਼ ਕਰ ਦਿੱਤੇ ਕਿ ਜਿਸ ਦੀ ਵਜ੍ਹਾ ਨਾਲ ਵਾਈਟ ਹਾਊਸ ਦਾ ਟਾਇਲਟ ਜਾਮ ਹੋ ਗਿਆ। ਡੋਨਲਡ 트੍ਰੰਪ ਰਾਸ਼ਟਰਪਤੀ ਰਹਿਣ ਤੋਂ ਬਾਅਦ ਕਈ ਵਾਰ ਉਹਨਾਂ ਨੇ ਆਪਣੇ ਪ੍ਰੋਟੋਕਾਲ ਦਾ ਲੰਘਣ ਕੀਤਾ। ਪ੍ਰੋਟੋਕਾਲ ਮਤਲਬ ਜਿਹੜੀਆਂ ਚੀਜ਼ਾਂ ਰਾਸ਼ਟਰਪਤੀ ਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਉਹ ਉਹਨਾਂ ਨੇ ਕੀਤੀਆਂ ਹੁਣ ਇਸ ਵਾਰ ਜਿਹੜਾ ਮਾਮਲਾ ਆ ਉਹ ਪ੍ਰੈਜ਼ੀਡੈਂਸ਼ੀਅਲ ਰਿਕਾਰਡ ਨੂੰ ਸਾਂਭਣ ਦਾ ਜਿਹੜਾ ਨੈਸ਼ਨਲ ਆਰਕਾਈਵ ਆ ਉਹਦੇ ਨਾਲ ਜੁੜਿਆ ਹੈ ਨੈਸ਼ਨਲ ਆਰਕਾਈਵ ਇਹ ਚਾਹੁੰਦਾ ਹੈ ਕਿ ਸਾਬਕਾ ਰਾਸ਼ਟਰਪਤੀ ਦੂਸਰੇ ਮਾਮਲਿਆਂ ਵਾਂਗੂ ਇਹ ਜਿਹੜੀ ਕਾਗਜ਼ ਪਾੜਨ ਦੀ ਆਦਤ ਸੀ ਇਹਦੀ ਵੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ ਟਰੰਪ ਤੇ ਜਿਹੜੇ ਉਹਨਾਂ ਦੇ ਉੱਤੇ ਅਫੀਸ਼ੀਅਲ ਡਾਕੂਮੈਂਟਸ ਨੂੰ ਫਲੋਰੀਡਾ ਭੇਜਣ ਦੇ આરોਪ ਵੀ ਲੱਗਦੇ ਰਹੇ ਆ ਕੈਪੀਟਲ ਹਿੱਲ ਜਿਹੜੀ ਹਿੰਸਾ ਹੋਈ ਸੀ ਉਸ ਦਿਨ ਦੀਆਂ ਕਾਲ ਡਿਟੇਲਸ ਵੀ ਗਾਇਬ ਦਸੀਆਂ ਜਾਂਦੀਆਂ ਕੈਪੀਟਲ ਹਿੱਲ ਹਿੰਸਾ ਦੀ ਜਾਂਚ ਕਰ ਰਿਹਾ ਪੈਨਲ ਦੇ ਸਾਹਮਣੇ ਕਈ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਕਿ 6 ਜਨਵਰੀ ਜਾਨੀ ਜਿਸ ਦਿਨ ਅਮਰੀਕਾ ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਹਮਲਾ ਹੋਇਆ ਸੀ ਉੱਥੇ ਹਿੰਸਾ ਹੋਈ ਸੀ ਉਸ ਦਿਨ ਤੋਂ ਵਾਈਟ ਹਾਊਸ ਦੇ ਕੁਝ ਅਫੀਸ਼ੀਅਲ ਫੋਨ ਲੌਗਸ ਕਿੰਨੇ ਫੋਨ ਆਏ ਕਿੰਨੇ ਫੋਨ ਗਏ ਉਹ ਡਾਟਾ ਵੀ ਮਿਲ ਰਿਹਾ ਇਸ ਵਜ੍ਹਾ ਤੋਂ ਵੀ ਸਾਬਕਾ ਰਾਸ਼ਟਰਪਤੀ 트ੰਪ ਦੇ ਉੱਤੇ ਇਸ ਵੇਲੇ ਸਵਾਲ ਉੱਠ ਰਹੇ ਆ ਜਾਂਚ ਕਰਨ ਵਾਲੇ ਨੂੰ ਹਜੇ ਤੱਕ ਸਬੂਤ ਨਹੀਂ ਮਿਲ ਰਿਹਾ ਜਿਹਦੇ ਕਰਕੇ ਇਹ ਪਤਾ ਲੱਗ ਸਕੇ ਕਿ ਕਿਹੜਾ ਆਫੀਸ਼ੀਅਲ ਰਿਕਾਰਡ ਦੇ ਨਾਲ ਛੇੜਛਾੜ ਕੀਤੀ ਗਈ ਸੀ 트ੰਪ ਅਕਸਰ ਆਪਣੀ ਗੱਲਬਾਤ ਦੇ ਵਿੱਚ ਜਿਹੜੇ ਆਪਣੀ ਸੈਲਫੋਨ ਦਾ ਹੀ ਇਸਤੇਮਾਲ ਕਰਦੇ ਸੀ ਆਮ ਤੌਰ ਦੇ ਤੇ ਪ੍ਰੈਜ਼ੀਡੈਂਸ਼ੀਅਲ ਜਿਹੜੀ ਕਮਿਊਨੀਕੇਸ਼ਨ ਆ ਉਹਦੇ ਦੀਆਂ ਕਈ ਪ੍ਰਬੰਧ ਹੁੰਦੇ ਆ ਪਰ ਉਹਨਾਂ ਨੇ ਇਹਨਾਂ ਪ੍ਰਬੰਧਾਂ ਨੂੰ ਕਹਿੰਦੇ ਫਾਲੋ ਨਹੀਂ ਕੀਤਾ ਜਿਹੜੇ ਬਹੁਤ ਸਾਰੇ ਅਫੀਸ਼ੀਅਲ ਕਾਲ ਡਿਟੇਲਸ ਮਿਸ ਹੋਣ ਦੀ ਜਾਂਚ ਟੀਮ ਆ ਉਸ ਤੋਂ ਬਾਅਦ ਇਹ ਸਾਹਮਣੇ ਆਈ ਹੈ ਕਈ ਜਿਹੜੇ ਦਸਤਾਵੇਜ਼ ਆ ਉਹ ਆਪਣੇ ਨਾਲ ਜਿਹੜੇ ਡਾਕੂਮੈਂਟਸ ਸੀਗੇ ਜਦੋਂ ਆਪਣੇ ਰਾਸ਼ਟਰਪਤੀ ਨਹੀਂ ਰਹੇ ਸੀ ਉਸ ਤੋਂ ਬਾਅਦ 15 ਬਾਕਸ ਆਪਣੇ ਨਾਲ ਲੈ ਗਏ ਸੀ ਇਹ ਗੱਲਬਾਤ ਵੀ ਇਸ ਵੇਲੇ ਸਾਹਮਣੇ ਆਈ ਹੈ ਔਰ ਇਹ ਸਾਰਾ ਮਾਮਲਾ ਜਿਹੜਾ ਪਿੱਛੇ ਜੇ ਇੱਕ ਕਿਤਾਬ ਛਪੀ ਆ ਉਸ ਕਿਤਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਹਮਣੇ ਆ ਰਹੀ ਹੈ ਕਿ ਇਹ ਰਾਸ਼ਟਰਪਤੀ ਦੀਆਂ ਜਿਹੜੀਆਂ ਸਾਬਕਾ ਰਾਸ਼ਟਰਪਤੀ ਦੀਆਂ ਇਹ ਕੁਝ ਆਦਤਾਂ ਸੀਗੀਆਂ ਇਹ ਇਸ ਤਰ੍ਹਾਂ ਦੀਆਂ ਸੀਗੀਆਂ ਤੇ ਜਿਹਦੇ ਕਰਕੇ ਉਹਨਾਂ ਨੂੰ ਇਸ ਵੇਲੇ ਉਹਨਾਂ ਦੇ ਉੱਤੇ ਇਹ ਦੋਸ਼ ਲੱਗ ਰਹੇ ਆ ਕਿ ਉਹਨਾਂ ਨੇ ਬਹੁਤ ਸਾਰੇ ਕਾਗਜ਼ ਪੱਤਰਾਂ ਨੂੰ ਪਾੜ ਕੇ ਟਾਇਲਟ ਦੇ ਵਿੱਚ ਫਲਸ਼ ਕਰ ਦਿੱਤਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਤੇ ਇੱਕ ਨਵਾਂ ਅਵਾਦ ਉਹਨਾਂ ਦੇ ਨਾਂ ਨਾਲ ਜੁੜ ਗਿਆ ਸਾਬਕਾ ਰਾਸ਼ਟਰਪਤੀ 트럼ਪ ਦੇ ਉੱਤੇ આરોਪ ਲੱਗਾ ਕਿ ਜਦੋਂ ਇਹ ਅਮਰੀਕਾ ਦੇ ਰਾਸ਼ਟਰਪਤੀ ਸੀ ਤਾਂ ਬਹੁਤ ਸਾਰੇ ਕਾਗਜ਼ ਪੱਤਰ ਜਿਹੜੇ ਕੰਮ ਦੇ ਹੁੰਦੇ ਸੀ ਉਹਨਾਂ ਨੂੰ ਫਾੜ ਕੇ ਫਲਸ਼ ਕਰ ਦਿੰਦੇ ਸੀ 트럼ਪ ਨੇ ਬਹੁਤ ਸਾਰੇ ਜ਼ਿਆਦਾ ਕਾਗਜ਼ਾਂ ਨੂੰ ਇੱਕ ਵਾਰੀ ਇੰਨੇ ਜ਼ਿਆਦਾ ਕਾਗਜ਼ ਪਾੜ ਕੇ ਫਲਸ਼ ਕਰ ਦਿੱਤੇ ਕਿ ਜਿਸ ਦੀ ਵਜ੍ਹਾ ਨਾਲ ਵਾਈਟ ਹਾਊਸ ਦਾ ਟਾਇਲਟ ਜਾਮ ਹੋ ਗਿਆ ਡੋਨਲਡ 트럼ਪ ਰਾਸ਼ਟਰਪਤੀ ਰਹਿਣ ਤੋਂ ਬਾਅਦ ਕਈ ਵਾਰ ਉਹਨਾਂ ਨੇ ਆਪਣੇ ਪ੍ਰੋਟੋਕਾਲ ਦਾ ਲੰਘਣ ਕੀਤਾ ਪ੍ਰੋਟੋਕਾਲ ਮਤਲਬ ਜਿਹੜੀਆਂ ਚੀਜ਼ਾਂ ਰਾਸ਼ਟਰਪਤੀ ਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਉਹ ਉਹਨਾਂ ਨੇ ਕੀਤੀਆਂ ਹੁਣ ਇਸ ਵਾਰ ਜਿਹੜਾ ਮਾਮਲਾ ਆ ਉਹ ਪ੍ਰੈਜ਼ੀਡੈਂਸ਼ੀਅਲ ਰਿਕਾਰਡ ਨੂੰ ਸਾਂਭਣ ਦਾ ਜਿਹੜਾ ਨੈਸ਼ਨਲ ਆਰਕਾਈਵ ਆ ਉਹਦੇ ਨਾਲ ਜੁੜਿਆ ਹੈ ਨੈਸ਼ਨਲ ਆਰਕਾਈਵ ਇਹ ਚਾਹੁੰਦਾ ਹੈ ਕਿ ਸਾਬਕਾ ਰਾਸ਼ਟਰਪਤੀ ਦੂਸਰੇ ਮਾਮਲਿਆਂ ਵਾਂਗੂ ਇਹ ਜਿਹੜੀ ਕਾਗਜ਼ ਪਾੜਨ ਦੀ ਆਦਤ ਸੀ ਇਹਦੀ ਵੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ 트럼ਪ ਤੇ ਜਿਹੜੇ ਉਹਨਾਂ ਦੇ ਉੱਤੇ ਅਫੀਸ਼ੀਅਲ ਡਾਕੂਮੈਂਟਸ ਨੂੰ ਫਲੋਰੀਡਾ ਭੇਜਣ ਦੇ આરોਪ ਵੀ ਲੱਗਦੇ ਰਹੇ ਆ ਕੈਪੀਟਲ ਹਿੱਲ ਜਿਹੜੀ ਹਿੰਸਾ ਹੋਈ ਸੀ ਉਸ ਦਿਨ ਦੀਆਂ ਕਾਲ ਡਿਟੇਲਸ ਵੀ ਗਾਇਬ ਦੱਸੀਆਂ ਜਾਂਦੀਆਂ ਕੈਪੀਟਲ ਹਿੱਲ ਹਿੰਸਾ ਦੀ ਜਾਂਚ ਕਰ ਰਿਹਾ ਪੈਨਲ ਦੇ ਸਾਹਮਣੇ ਕਈ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਕਿ 6 ਜਨਵਰੀ ਜਾਨੀ ਜਿਸ ਦਿਨ ਅਮਰੀਕਾ ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਹਮਲਾ ਹੋਇਆ ਸੀ ਉੱਥੇ ਹਿੰਸਾ ਹੋਈ ਸੀ ਉਸ ਦਿਨ ਤੋਂ ਵਾਈਟ ਹਾਊਸ ਦੇ ਕੁਝ ਅਫੀਸ਼ੀਅਲ ਫੋਨ ਲੌਗਸ ਕਿੰਨੇ ਫੋਨ ਆਏ ਕਿੰਨੇ ਫੋਨ ਗਏ ਉਹ ਡਾਟਾ ਨਹੀਂ ਮਿਲ ਰਿਹਾ ਇਸ ਵਜ੍ਹਾ ਤੋਂ ਵੀ ਸਾਬਕਾ ਰਾਸ਼ਟਰਪਤੀ 트럼ਪ ਦੇ ਉੱਤੇ ਇਸ ਵੇਲੇ ਸਵਾਲ ਉੱਠ ਰਹੇ ਆ ਜਾਂਚ ਕਰਨ ਵਾਲੇ ਨੂੰ ਹਜੇ ਤੱਕ ਸਬੂਤ ਨਹੀਂ ਮਿਲ ਰਿਹਾ ਜਿਹਦੇ ਕਰਕੇ ਇਹ ਪਤਾ ਲੱਗ ਸਕੇ ਕਿ ਕਿਹੜਾ ਆਫੀਸ਼ੀਅਲ ਰਿਕਾਰਡ ਦੇ ਨਾਲ ਛੇੜਛਾੜ ਕੀਤੀ ਗਈ ਸੀ 트럼ਪ ਅਕਸਰ ਆਪਣੀ ਗੱਲਬਾਤ ਦੇ ਵਿੱਚ ਜਿਹੜੇ ਆਪਣੀ ਸੈੱਲਫੋਨ ਦਾ ਹੀ ਇਸਤੇਮਾਲ ਕਰਦੇ ਸੀ ਆਮ ਤੌਰ ਦੇ ਤੇ ਪ੍ਰੈਜ਼ੀਡੈਂਸ਼ੀਅਲ ਜਿਹੜੀ ਕਮਿਊਨੀਕੇਸ਼ਨ ਆ ਉਹਦੇ ਦੀਆਂ ਕਈ ਪ੍ਰਬੰਧ ਹੁੰਦੇ ਆ ਪਰ ਉਹਨਾਂ ਨੇ ਇਹਨਾਂ ਪ੍ਰਬੰਧਾਂ ਨੂੰ ਕਹਿੰਦੇ ਫਾਲੋ ਨਹੀਂ ਕੀਤਾ ਜਿਹੜੇ ਬਹੁਤ ਸਾਰੇ ਅਫੀਸ਼ੀਅਲ ਕਾਲਡ ਡਿਟੇਲਸ ਮਿਸ ਹੋਣ ਦੀ ਜਾਂਚ ਟੀਮ ਆ ਉਸ ਤੋਂ ਬਾਅਦ ਇਹ ਸਾਹਮਣੇ ਆਈ ਹੈ ਕਈ ਜਿਹੜੇ ਦਸਤਾਵੇਜ਼ ਆ ਉਹ ਆਪਣੇ ਨਾਲ ਜਿਹੜੇ ਡਾਕੂਮੈਂਟਸ ਸੀਗੇ ਜਦੋਂ ਆਪਣੇ ਰਾਸ਼ਟਰਪਤੀ ਨਹੀਂ ਰਹੇ ਸੀ ਉਸ ਤੋਂ ਬਾਅਦ 15 ਬਾਕਸ ਆਪਣੇ ਨਾਲ ਲੈ ਗਏ ਸੀ ਇਹ ਗੱਲਬਾਤ ਵੀ ਐਸ ਵੇਲੇ ਸਾਹਮਣੇ ਆਈ ਹੈ ਔਰ ਇਹ ਸਾਰਾ ਮਾਮਲਾ ਜਿਹੜਾ ਪਿੱਛੇ ਜੇ ਇੱਕ ਕਿਤਾਬ ਛਪੀ ਆ ਉਸ ਕਿਤਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਹਮਣੇ ਆ ਰਹੀ ਹੈ ਕਿ ਇਹ ਰਾਸ਼ਟਰਪਤੀ ਦੀਆਂ ਜਿਹੜੀਆਂ ਸਬਕ ਰਾਸ਼ਟਰਪਤੀ ਦੀਆਂ ਇਹ ਕੁਝ ਆਦਤਾਂ ਸੀਗੀਆਂ ਇਹ ਇਸ ਤਰ੍ਹਾਂ ਦੀਆਂ ਸੀਗੀਆਂ ਤੇ ਜਿਹਦੇ ਕਰਕੇ ਉਹਨਾਂ ਨੂੰ ਇਸ ਵੇਲੇ ਉਹਨਾਂ ਦੇ ਉੱਤੇ ਇਹ ਦੋਸ਼ ਲੱਗ ਰਹੇ ਆ ਕਿ ਉਹਨਾਂ ਨੇ ਬਹੁਤ ਸਾਰੇ ਕਾਗਜ਼ ਪੱਤਰਾਂ ਨੂੰ ਪਾੜ ਕੇ ਟਾਇਲਟ ਦੇ ਵਿੱਚ ਫਲਸ਼ ਕਰ ਦਿੱਤਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ